ਸਤਰਾਂ ਅਗਸਤ 'ਤੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ, ਪਰ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਆ ਜਿਹੜੇ ਕਿ ਅੱਜ ਰੋਜ਼ੀ ਰੋਟੀ ਦੇ ਲਈ ਵੀ ਮੁਹਤਾਜ ਹੈ। ਵੱਡੇ ਵੱਡੇ ਮੈਡਲ ਸ਼ੀਲਡਾਂ, ਉਹਨਾਂ ਦੇ ਵਿੱਚੋਂ ਰੋਟੀਆਂ ਨਹੀਂ ਨਿਕਲਦੀਆਂ, ਸਿਰਫ ਸਨਮਾਨ ਤੌਰ 'ਤੇ ਦਿੱਤੇ ਜਾਂਦੇ ਆ, ਪਰ ਜ਼ਿੰਦਗੀ ਚਲਾਉਣੀ ਉਹਨਾਂ ਮੈਡਲਾਂ ਦੇ ਸਹਾਰੇ ਜ਼ਿੰਦਗੀ ਨੂੰ ਚਲਾਉਣਾ ਬਹੁਤ ਜ਼ਿਆਦਾ ਔਖਾ। ਅਸੀਂ ਇੱਕ ਨਵਾਂ ਬਦਲਾਵ ਲੈ ਕੇ ਆਵਾਂਗੇ, ਸਿਸਟਮ ਚੇਂਜ ਕਰਾਂਗੇ। ਅਸੀਂ ਭਗਤ ਸਿੰਘ ਦੀ ਵੀ ਨਹੀਂ ਮਿਲਿਆ ਸਾਨੂੰ ਤਾਂ ਦੂਜੇ ਪੈਸੇ ਜੇ ਆਪਣੇ ਨਵੇਂ ਜੋ ਵਿਧਾਇਕ ਬਣੇ ਆ ਉਹਨਾਂ ਵੱਲੋਂ ਕੋਈ ਸ਼ਵਾਸ਼ਨ ਉਹਨਾਂ ਵੱਲੋਂ ਕੋਈ ਸਨਮਾਨਿਤ ਕੀਤਾ ਗਿਆ? ਉਹਨਾਂ ਨੇ ਵੀ ਮੰਮਾ ਨੂੰ ਸਨਮਾਨਿਤ ਕੀਤਾ ਸੀ, ਸਿਰਫ ਇੱਕ ਛਾਲ ਅਤੇ ਡੱਬਾ ਹੀ। MLA ਸਾਹਿਬ ਨੇ ਕਿੰਨਾ ਟਾਈਮ ਹੋ ਗਿਆ ਜੀ ਇਹਦੀ? 15 ਅਗਸਤ ਨੂੰ। ਪਰ ਕੋਈ ਨੀ ਮੇਰੀ ਸੁਣਦਾ ਗਾ। ਕਦੋਂ ਸਨਮਾਨਿਤ ਕਰਦੇ? ਕੋਈ ਫੋਨ ਵਗੈਰਾ ਆਉਂਦਾ, ਕੋਈ ਲੈਟਰ ਆਉਂਦੀ? ਕਿੱਦਾਂ ਜਾਣਦੇ? ਕਾਰਡ ਭੇਜਦੇ ਹੁੰਦੇ ਆ। ਉਦੋਂ ਕਾਰਡ ਭੇਜਦੇ? ਹਾਂਜੀ ਸਰ ਜੀ। ਹਾਂ ਬਿਲਕੁਲ ਜੀ, ਇੱਕ ਗੱਲ ਮੈਂ ਹੋਰ ਦੱਸ ਦਵਾਂ ਕਿ ਸਾਲ ਦੇ ਬਾਅਦ ਜਿੰਨੇ ਬੁੱਤ ਲੱਗੇ ਹੁੰਦੇ ਆ, ਮੈਂ ਲੱਗਦਾ ਸਰਕਾਰ ਉਹ ਆਪਣੀ ਡਿਊਟੀ ਸਮਝਦੀ ਹੈ ਕਿ ਸਾਰਿਆਂ ਨੂੰ ਸਾਫ਼ ਕਰਕੇ ਹਾਰ ਪਹਿਨ ਆ ਜਾਂਦੇ ਆ, ਔਰ ਦੂਜੇ ਪਾਸੇ ਜਿਹੜੇ ਸੁਤੰਤਰਤਾ ਸੰਗਰਾਮੀ ਦੇ ਪਰਿਵਾਰ ਅੱਜ ਰੁੱਲ ਰਹੇ ਆ ਉਹਨਾਂ ਨੂੰ ਇੱਕ ਸਾਲ ਬਾਅਦ ਯਾਦ ਕੀਤਾ ਜਾਂਦਾ 300-400 ਦੀ ਲੋਹੀ ਦੇ ਕੇ। ਔਰ ਉਸ ਤੋਂ ਬਾਅਦ ਚੰਡੀਗੜ੍ਹ ਸੀ ਪਹਿਲਾਂ, ਮੇਰੇ ਘਰ ਵਾਲਾ ਨੌਕਰੀ ਕਰਦਾ ਸੀਗਾ। ਜਦੋਂ ਇਹਨਾਂ ਨੂੰ ਮਿਲਿਆ ਸੀਗਾ ਉਦੋਂ ਜਦੋਂ ਘਰ ਲੈ ਕੇ ਆਉਂਦੇ ਤਾਂ ਕਿੰਨੀ ਖੁਸ਼ੀ ਹੋਈ ਸੀ? ਬਹੁਤ ਖੁਸ਼ੀ ਹੋਈ ਸੀ ਸਾਨੂੰ ਤਾਂ। ਜਿੰਨੇ ਵੀ ਦਰਸ਼ਕ NNR ਨਿਊਜ਼ ਦੇਖ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋ ਚੁੱਕੇ ਔਰ ਜਿਨ੍ਹਾਂ ਸੂਰਬੀਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, ਅੱਜ ਵੀ ਉਹਨਾਂ ਦਾ ਨਾਮ ਲਿਆ ਜਾਂਦਾ ਬੜੀ ਸ਼ਰਧਾ ਦੇ ਨਾਮ ਨਾਲ, ਸ਼ਰਧਾ ਦੇ ਨਾਲ ਨਾਲ ਲਿਆ ਜਾਂਦਾ ਔਰ 15 ਅਗਸਤ 'ਤੇ ਤਿਰੰਗਾ ਝੰਡਾ ਲਹਿਰਾਇਆ ਜਾਂਦਾ। ਪਰ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਆ ਜਿਹੜੇ ਕਿ ਅੱਜ ਰੋਜ਼ੀ ਰੋਟੀ ਦੇ ਲਈ ਵੀ ਮੁਹਤਾਜ ਹੈ। ਵੱਡੇ ਵੱਡੇ ਮੈਡਲ ਸ਼ੀਲਡਾਂ, ਉਹਨਾਂ ਦੇ ਵਿੱਚੋਂ ਰੋਟੀਆਂ ਨਹੀਂ ਨਿਕਲਦੀਆਂ, ਸਿਰਫ ਸਨਮਾਨ ਤੌਰ 'ਤੇ ਦਿੱਤੇ ਜਾਂਦੇ ਆ, ਪਰ ਜ਼ਿੰਦਗੀ ਚਲਾਉਣੀ ਉਹਨਾਂ ਮੈਡਲਾਂ ਦੇ ਸਹਾਰੇ ਜ਼ਿੰਦਗੀ ਨੂੰ ਚਲਾਉਣਾ ਬਹੁਤ ਜ਼ਿਆਦਾ ਔਖਾ। ਇਹੋ ਜਿਹੀ ਇੱਕ ਦਾਸਤਾਨ ਅੱਜ ਇੱਕ ਪਰਿਵਾਰ ਦੀ ਹੈ। ਹਾਲਾਤ ਬਹੁਤ ਜ਼ਿਆਦਾ ਖਰਾਬ ਹੈ, ਬਦਤਰ ਹਾਲਾਤ। ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ, ਪਰ ਉਸ ਤੋਂ ਬਾਅਦ ਪਰਿਵਾਰ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਔਰ ਜ਼ਿਆਦਾ ਟਾਈਮ ਨਾ ਲੈਂਦੇ ਉਹ ਪਰਿਵਾਰ ਦਾ ਅੱਜ ਅਸ਼ਿਆਨਾ ਦਿਖਾਵਾਂਗੇ। ਤੁਸੀਂ ਇਹ ਘਰ ਦੇਖ ਸਕਦੇ ਹੋ, ਇਹ ਘਰ ਉਹਨਾਂ ਦਾ ਆਪਣਾ ਨਹੀਂ ਹੈ, ਬਲਕਿ ਇੱਕ ਸਰਕਾਰੀ ਹੋਸਪਿਟਲ ਜਾਣੀ ਕਿ ਉਹ ਡੰਗਰਾਂ ਵਾਲਾ ਹੋਸਪਿਟਲ ਸੀ, ਉਸ ਦਾ ਸਹਾਰਾ ਲੈ ਕੇ ਬੈਠੇ। ਔਰ ਉਸ ਦੇ ਵਿੱਚ ਵੀ ਉਠਾਉਣ ਦੇ ਲਈ ਬਹੁਤ ਸਾਰੇ ਲੋਕਾਂ ਨੇ ਯਤਨ ਕੀਤੇ ਕਿ ਇਸ ਤੋਂ ਥਾਂ ਤੋਂ ਵੀ ਉੱਠ ਜਾਓ, ਪਰ ਕਹਿੰਦੇ ਕਿ ਮਜਬੂਰੀ ਬਹੁਤ ਕੁਛ ਕਰਵਾਉਂਦੀ ਹੈ, ਆਪਣਾ ਥਾਂ ਨਹੀਂ ਸੀ ਰਹਿਣ ਦੇ ਲਈ, ਪਰ ਮਜਬੂਰੀ ਲੈ ਇੱਥੇ ਬੈਠੇ ਰਹੇ। ਦੂਜੀ ਗੱਲ ਕਿ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਇੱਥੇ ਕੋਈ ਪਾਣੀ ਆਉਂਦਾ। ਤਾਂ ਇਹ ਤਸਵੀਰ ਪਰਿਵਾਰ ਦੀ ਹੈ ਜੋ ਸ਼ਹੀਦ ਸੀ, ਉਹਨਾਂ ਦੇ ਇਹ ਧਰਮ ਪਤਨੀ ਹੈ ਔਰ ਉਹਨਾਂ ਦੀ ਇਹ ਬੇਟੀ ਹੈ। ਜਿੱਦਾਂ ਕਿ ਮੈਂ ਪਹਿਲਾਂ ਦੱਸਾਂ ਕਿ ਸ਼ੀਲਡਾਂ ਦੇ ਨਾਲ ਫੋਟੋਆਂ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ, ਕਿਉਂਕਿ ਗੁਜ਼ਾਰਾ ਚਲਾਉਣ ਦੇ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਔਰ ਖਾਣ ਦੇ ਲਈ ਹਰ ਇੱਕ ਇਨਸਾਨ ਨੂੰ ਰੋਟੀ ਚਾਹੀਦੀ ਹੈ।
ਜਦੋਂ 15 ਅਗਸਤ ਆਉਂਦੀ ਹੈ ਜਾਂ ਕੋਈ ਹੋਰ ਤਿਉਹਾਰ ਆਉਂਦਾ ਤਾਂ 200-300 ਜਾਂ 500 ਦੀ ਗੱਲ ਦੇ ਵਿੱਚ ਲੋਈ ਪਾ ਕੇ ਜਾਂ ਇੱਕ ਸਰੋਪਾ ਦੇ ਕੇ ਸਨਮਾਨਿਤ ਕਰਨਾ ਮੇਰੇ ਖਿਆਲ ਦੇ ਵਿੱਚ ਕੋਈ ਵੱਡੀ ਗੱਲ ਨਹੀਂ, ਸਿਰਫ ਵਾਹ ਵਾਹ ਖੱਟੀ ਜਾ ਸਕਦੀ ਹੈ, ਅਸਲ ਜ਼ਿੰਦਗੀ ਨਹੀਂ ਦਿੱਤੀ ਜਾ ਸਕਦੀ। ਤਾਂ ਇਸ ਪਰਿਵਾਰ ਦੇ ਨਾਲ ਜੇ ਆਪਾਂ ਗੱਲਬਾਤ ਕਰਾਂਗੇ। ਭੈਣ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸੁਨੀਤਾ ਹੈ ਸਰ। ਤੁਸੀਂ ਹੱਥ ਦੇ ਵਿੱਚ ਇਹ ਫੜਿਆ ਹੋਇਆ, ਤੁਹਾਡੇ ਫਾਦਰ ਸਾਹਿਬ ਨੇ ਮਿਲਿਆ ਸੀਗਾ? ਜੀ ਸਰ, ਇਹਨਾਂ ਨੂੰ ਸਤੰਬਰ ਪੱਤਰ ਇੰਦਰਾ ਗਾਂਧੀ ਨੇ ਸਨਮਾਨਿਤ ਕੀਤਾ ਸੀ। ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ ਆਪਣੇ ਇਹਨਾਂ ਨੂੰ ਤਾਂ ਬਹੁਤ ਸਾਲ ਹੋ ਚੱਲੇ ਆ ਹੁਣ, 72 ਦੇ ਵਿੱਚ ਉੱਤੇ ਲਿਖਿਆ ਹੈ 1972 ਦਾ ਜੋ 1894 ਜੀ ਸਰ ਇਹ ਚੰਡੀਗੜ੍ਹ ਮਿਲਿਆ ਸੀਗਾ। ਹਾਂਜੀ ਮਾਤਾ, ਚੰਡੀਗੜ੍ਹ ਚੰਡੀਗੜ੍ਹ 'ਚ ਮਿਲਿਆ ਸੀਗਾ ਜੀ? ਹਾਂ, ਉੱਥੇ ਚੰਡੀਗੜ੍ਹ ਸੀ ਪਹਿਲਾਂ, ਮੇਰੇ ਘਰ ਵਾਲਾ ਨੌਕਰੀ ਕਰਦਾ ਸੀਗਾ। ਅਤੇ ਮਾਤਾ ਜਦੋਂ ਇਹਨਾਂ ਨੂੰ ਮਿਲਿਆ ਸੀਗਾ ਉਦੋਂ ਜਦੋਂ ਘਰ ਲੈ ਕੇ ਆਉਂਦੇ ਤਾਂ ਕਿੰਨੀ ਖੁਸ਼ੀ ਹੋਈ ਸੀ? ਬਹੁਤ ਖੁਸ਼ੀ ਹੋਈ ਸੀ ਸਾਨੂੰ ਤਾਂ। ਅਤੇ ਸੁਤੰਤਰਤਾ ਸੰਗਰਾਮੀ ਸੀ ਤੁਹਾਡੇ ਜੋ ਪਤੀ ਸੀ, ਕਹਿੰਦੇ ਆਜ਼ਾਦੀ 'ਚ ਬੜਾ ਇੱਕ ਵੱਡਾ ਯੋਗਦਾਨ ਪਾਇਆ, ਅੱਜ ਪਰਿਵਾਰ ਦੀ ਕੋਈ ਸਾਰ ਵੀ ਨਹੀਂ ਲੈ ਰਿਹਾ। ਹਾਂਜੀ, ਅੱਜ ਤਾਂ ਸਾਨੂੰ ਕੋਈ ਵੀ ਨਹੀਂ ਪੁੱਛ ਰਿਹਾ ਭਰਾਵਾ, ਕੋਈ ਵੀ ਸਰਕਾਰ ਨਹੀਂ ਸਾਡੇ ਵੱਲ ਦੇਖਦੀ ਪਈ। ਇੰਨਾ ਅਸੀਂ ਮਜਬੂਰ ਹਾਂ, ਖੁਦ ਵਿਧਵਾ ਹਾਂ, ਮੈਂ ਆਪਣੇ ਬੱਚੇ ਲੈ ਕੇ ਬੈਠੀ ਹਾਂ, ਕਿਸੇ ਸਰਕਾਰ ਨੇ ਨਹੀਂ ਸੁਣੀ। ਮੈਂ ਤਾਂ ਸਾਰੇ ਦਫ਼ਤਰਾਂ ਦੇ ਵੀ ਧੱਕੇ ਖਾ ਲਏ ਇਹਨਾਂ ਦੇ, ਦਿੱਲੀ ਤੱਕ ਇਹਨਾਂ ਦੇ ਮੈਂ ਦਫ਼ਤਰਾਂ 'ਚ ਜਾ ਆਈ ਹਾਂ, ਪਰ ਕਿਸੇ ਪਾਸਿਓਂ ਇਹਨਾਂ ਨੇ, ਕਿਸੇ ਸਰਕਾਰ ਨੇ ਨਹੀਂ ਮੇਰੀ ਸੁਣੀ ਗੀ। ਅਤੇ ਭੈਣ ਜੀ ਫੋਟੋਆਂ ਦਿਖਾਉਂਗੇ ਤੁਸੀਂ ਇੱਕ ਕਰਕੇ, ਸਾਰੀਆਂ ਦਿਖਾ ਦਿਓ ਜਿੰਨੇ ਵੀ ਤੁਸੀਂ ਦਰਸ਼ਕ ਦੇਖ ਰਹੇ ਹੋ। ਤਾਂ ਬਹੁਤ ਆਪਣੇ ਆਪ 'ਚ ਬੜੀਆਂ ਵੱਡੀਆਂ ਤਸਵੀਰਾਂ ਔਰ ਦਿਲ ਨੂੰ ਰਵਾਉਣ ਵਾਲੀਆਂ ਤਸਵੀਰਾਂ, ਕਿਉਂਕਿ ਇੱਕ ਬਹੁਤ ਵੱਡੇ ਇਹ ਮੇਰੇ ਪਿਤਾ ਦੇਸ਼ ਘੁਲਾਟੀਏ ਸੀ, ਇਹਨਾਂ ਦੇ ਪਿਤਾ ਜੀ ਹੈ, ਬੈਂਕ ਦੇ ਮੈਨੇਜਰ ਜਿਹੜੇ ਸਨਮਾਨਿਤ ਕਰਦੇ ਪਏ ਇਹਨਾਂ ਨੂੰ, ਇਹ ਬੈਂਕ ਦੇ ਮੈਨੇਜਰ ਨੇ ਸਨਮਾਨਿਤ ਕੀਤਾ, ਸਨਮਾਨਿਤ ਕਰ ਰਿਹਾ ਜੀ ਸਰ ਜੀ। ਇਹ ਤੁਹਾਡੇ ਪਿਤਾ ਜੀ ਹੈ? ਹਾਂਜੀ ਮੇਰੇ ਪਿਤਾ ਜੀ ਹੈ। ਅਤੇ ਇਹ ਤਕਰੀਬਨ ਕਿੰਨੀ ਕੁ ਪੁਰਾਣੀ ਫੋਟੋ ਹੈ? ਇਹ ਤਾਂ ਬਹੁਤ ਪੁਰਾਣੀ ਆ, ਅੱਜ ਤੋਂ ਕੋਈ ਹੋਏ ਚੱਲੇ 10-12 ਸਾਲ ਤੋਂ ਪਹਿਲਾਂ ਦੀ ਆ। ਅਤੇ ਇਸ ਤੋਂ ਅੱਗੇ ਵੀ ਇਹ ਸਨਮਾਨਿਤ ਕਰ ਰਹੇ? ਇਹ ਆਪਣੇ ਨਕੋਦਰ SDM ਸਾਹਿਬ ਕਰ ਰਹੇ ਆ। SDM ਸਾਹਿਬ ਨਾਲ DSP ਮੈਡਮ ਜੀ? ਹਾਂਜੀ। ਅਤੇ ਸਨਮਾਨਿਤ ਕਰ ਰਹੇ ਆ? ਸਨਮਾਨਿਤ ਕਰ ਰਹੇ ਆ, ਪਰ ਸਨਮਾਨਤਾ ਦਾ ਹੁਣ ਸਰ ਅਸੀਂ ਕੀ ਕਰੀਏ ਇਹਨਾਂ ਨੂੰ? ਦੇਖੋ ਸਨਮਾਨਿਤ ਦੀ ਆਪਾਂ ਗੱਲ ਕਰਦੇ ਹਾਂ ਕਿ ਗੱਲ ਦੇ ਵਿੱਚ ਇੱਕ ਲੋਈ ਪਾ ਕੇ ਜਾਂ ਇੱਕ ਟਰੋਫੀ ਦਿੱਤੀ ਸੀ, ਕੁਛ ਹੋਰ ਵੀ ਮਿਲਿਆ ਸੀ? ਨਹੀਂ, ਬਸ ਇੱਕ ਡੱਬਾ ਦੇ ਦਿੰਦੇ ਆ 1/2 ਕਿਲੋ ਦਾ ਮਿੱਠੇ ਦਾ, ਅਤੇ ਇੱਕ ਆ ਲੋਈ ਦਿੰਦੇ ਆ, ਹੋਰ ਤਾਂ ਕੋਈ ਨਹੀਂ ਦਿੰਦੇ ਗੇ ਸਾਨੂੰ। ਕੋਈ ਵੀ ਸਹੂਲਤ ਨਹੀਂ ਇਹਨਾਂ ਦੇ ਕੋਲ ਪ੍ਰਾਪਤ ਹੋਏਗੀ ਅੱਜ ਤੱਕ ਵੀ। ਇਹ ਹਾਲਾਤ ਹੈ, ਕਹਿੰਦੇ ਕਿ ਦੇਸ਼ ਆਜ਼ਾਦ ਹੋ ਚੁੱਕਿਆ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਸੀ ਉਹਨਾਂ ਦਾ ਪਰਿਵਾਰ ਅੱਜ ਤੁਹਾਡੇ ਸਾਹਮਣੇ ਆ। ਮਾਤਾ ਜੀ ਅੱਖਾਂ ਤੋਂ ਇਹਨਾਂ ਨੂੰ ਦਿਸਦਾ ਨੀਗਾ, ਤਾਂ ਇਸ ਤੋਂ ਅਗਲੀ ਫੋਟੋ ਤੁਸੀਂ ਦੇਖ ਲਓ। ਅਤੇ ਇਹ ਕੌਣ? ਇਹ ਵੀ SDM ਹੈ? ਇਹ ਵੀ SDM ਸਾਹਿਬ ਹੀ ਆ, ਨਕੋਦਰ ਤੋਂ ਜੀ। ਨਕੋਦਰ ਤੋਂ ਹੀ ਆ ਜੀ। ਇੱਥੇ ਵੀ ਇੱਕ ਲੋਈ ਗੱਲ ਛਪਾਈ ਹੋਈ ਆ, ਇੱਕ ਟਰੋਫੀ। ਹਾਂਜੀ, ਬਸ ਇੱਦਾਂ ਹੀ ਕਰਦੇ ਆ ਇਹ। ਇਹ ਸਾਲ ਬਾਅਦ ਕਰਦੇ? ਸਾਲ ਬਾਅਦ ਹੀ ਕਰਦੇ ਆ, 15 ਅਗਸਤ 'ਤੇ ਜਿੱਦਾਂ, ਉਸ ਤੋਂ ਪਹਿਲਾਂ ਨਹੀਂ। ਇਹ ਸਾਰ ਖਾ ਲੈਂਦੇ ਹੀ ਨੀਗੇ ਇਹਨਾਂ ਦੇ, ਡੇਲੀ ਦਫ਼ਤਰਾਂ ਦੇ ਧੱਕੇ ਖਾਨੀ, ਮਿਹਨਤਾਂ ਤਲੇ ਕਰਦੀ ਹਾਂ ਪਰ ਕੋਈ ਨਹੀਂ ਮੇਰੀ ਸੁਣਦਾ ਗਾ। ਕਦੋਂ ਸਨਮਾਨਿਤ ਕਰਦੇ? ਕੋਈ ਫੋਨ ਵਗੈਰਾ ਆਉਂਦਾ, ਕੋਈ ਲੈਟਰ ਆਉਂਦੀ, ਕਿੱਦਾਂ ਜਾਂਦੇ ਤੁਸੀਂ? ਕਾਰਡ ਭੇਜਦੇ ਹੁੰਦੇ ਆ? ਉਦੋਂ ਕਾਰਡ ਭੇਜਦੇ ਆ? ਹਾਂਜੀ ਸਰ ਜੀ। ਹਾਂ ਬਿਲਕੁਲ ਜੀ, ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਸਾਲ ਦੇ ਬਾਅਦ ਜਿੰਨੇ ਬੁੱਤ ਲੱਗੇ ਹੁੰਦੇ ਆ, ਮੈਂ ਲੱਗਦਾ ਸਰਕਾਰ ਉਹ ਆਪਣੀ ਡਿਊਟੀ ਸਮਝਦੀ ਹੈ ਕਿ ਸਾਰਿਆਂ ਨੂੰ ਸਾਫ਼ ਕਰਕੇ ਹਾਰ ਪਹਿਨ ਆ ਜਾਂਦੇ ਆ, ਔਰ ਦੂਜੇ ਪਾਸੇ ਜਿਹੜੇ ਸੁਤੰਤਰਤਾ ਸੰਗਰਾਮੀ ਦੇ ਪਰਿਵਾਰ ਅੱਜ ਰੁੜ ਰਹੇ ਆ, ਉਹਨਾਂ ਨੂੰ ਇੱਕ ਸਾਲ ਬਾਅਦ ਯਾਦ ਕੀਤਾ ਜਾਂਦਾ 300-400 ਦੀ ਲੋਈ ਦੇ ਕੇ, ਔਰ ਉਸ ਤੋਂ ਬਾਅਦ ਕਹਿੰਦੇ ਇੱਕ ਮਿਠਾਈ ਦਾ ਡੱਬਾ ਦੇ ਦਿੱਤਾ ਜਾਂਦਾ। ਪਰ ਅਗਲੀ ਤਸਵੀਰ ਵੀ ਦੇਖੋ ਜੀ, ਇਹ ਕੌਣ ਹੈ ਜੀ? ਇਹ ਵੀ SDM ਸਾਹਿਬ ਹੀ ਆਪਣੇ ਨਕੋਦਰ ਤੋਂ। ਜੀ ਨਕੋਦਰ ਤੋਂ, ਨਕੋਦਰ ਵਾਸੀਆਂ ਨੇ ਸਨਮਾਨਿਤ ਕੀਤਾ ਜੀ ਸਰ ਜੀ। ਆਹ ਦੇਖੋ ਇਹ ਲਗਾਤਾਰ ਤਸਵੀਰਾਂ ਨੇ, ਕੋਈ ਇੱਕ ਤਸਵੀਰ ਨਹੀਂ ਸੀ, ਤਸਵੀਰ ਹਰ ਇੱਕ ਤਸਵੀਰ ਦੇ ਵਿੱਚ ਇਹ ਦਰਦ ਹੈ। ਤਾਂ ਤਕਰੀਬਨ ਤੁਸੀਂ 6 ਤੋਂ 7 ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਦੇਖਿਓ ਉਹਨੂੰ 7 'ਚ ਸਨਮਾਨਿਤ ਕੀਤਾ ਗਿਆ। ਸਰਕਾਰਾਂ ਨੂੰ ਮੈਂ ਸਵਾਲ ਕਰਦਾ ਕਿ ਅਜਿਹੇ ਸਨਮਾਨ ਦਾ ਫਾਇਦਾ ਕੀ,
ਕਿਉਂਕਿ ਸਨਮਾਨਾਂ ਦੇ ਸਹਾਰੇ, ਮੈਡਲਾਂ ਦੇ ਸਹਾਰੇ ਪੂਰੀ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ। ਔਰ ਇੱਕ ਅਜਿਹਾ ਪਰਿਵਾਰ ਹੈ ਜਿਹੜੀ ਕਿ ਮਾਤਾ ਨੂੰ ਅੱਖਾਂ ਵਿੱਚੋਂ ਦਿਖਦਾ ਵੀ ਨਹੀਂ। ਅਤੇ ਇਹ ਇਹਨਾਂ ਦਾ ਜੋ ਨਾਮ ਸੀ ਸ਼੍ਰੀ ਭਾਗਾ, ਸ਼੍ਰੀ ਭਾਗਾ ਜਿਹਨੂੰ ਇੰਦਰਾ ਗਾਂਧੀ ਦੇ ਵੱਲੋਂ ਸੁਤੰਤਰਤਾ ਸੰਗਰਾਮੀ ਐਲਾਨ ਕੇ ਉਹਨਾਂ ਨੂੰ ਇਹ ਇੱਕ ਕਹਿ ਸਕਦਾ ਮੈਡਲ ਦਿੱਤਾ ਗਿਆ। ਪਰ ਅੱਜ ਹਾਲਾਤ ਪਰਿਵਾਰ ਦੇ ਕੀ ਹੈ ਮੈਂ ਸਰ ਦੱਸ ਚੁੱਕਿਆ, ਪਰ ਪਰਿਵਾਰ ਦੀ ਜ਼ਬਾਨੀ ਵੀ ਆਪਾਂ ਸੁਣਾਂਗੇ। ਭੈਣ ਜੀ, ਜਿਸ ਜਗ੍ਹਾ ਤੁਸੀਂ ਰਹਿ ਰਹੇ ਹੋ ਇਹ ਕੀ ਚੀਜ਼ ਕੀ ਹੈ? ਇਹ ਜਿੱਦਾਂ ਵੀ ਮਕਾਨ ਇਹ ਖੰਡਰ ਪਿਆ ਸੀ, ਇਹ ਪਸ਼ੂ ਹੋਸਪਿਟਲ ਬਣਿਆ ਸੀ ਅੱਜ ਤੋਂ 50 ਸਾਲ ਪਹਿਲਾਂ ਦਾ, ਅਤੇ ਮੇਰੇ ਕੋਲ ਰਹਿਣ ਬਹਿਣ ਨੂੰ ਜਗ੍ਹਾ ਨਹੀਂ ਸੀਗੀ, ਅਤੇ ਮੈਂ ਇੱਕ ਐਪਲੀਕੇਸ਼ਨ DC ਸਾਹਿਬ ਨੂੰ ਦਿੱਤੀ ਸੀਗੀ, ਅਤੇ ਉਹਨਾਂ ਨੇ ਪੰਚਾਇਤ ਨੂੰ ਚਿੱਠੀ ਭੇਜੀ, ਅਤੇ ਪਹਿਲੇ ਜਿਹੜੇ ਸਰਪੰਚ ਸਾਹਿਬ ਸੀ ਉਹ ਮੈਨੂੰ ਇੱਥੇ ਬਿਠਾ ਗਏ, ਪਰ ਮੈਨੂੰ ਕਿਸੇ ਨੇ ਲਿਖਾ ਪੜ੍ਹੀ ਨਹੀਂ ਦਿੱਤੀ ਸੀ। ਅਤੇ ਮੈਨੂੰ 4 ਸਾਲ ਹੋ ਗਏ ਸੀ ਇਸ ਜਗ੍ਹਾ 'ਚ ਬੈਠੀ ਨੂੰ, ਅਤੇ ਇਹਨਾਂ ਨੇ ਫਿਰ ਮੇਰਾ ਸਮਾਨ ਵੀ ਬਾਹਰ ਸਿੱਟ ਦਿੱਤਾ ਸੀ ਪਿੰਡ ਵਾਲਿਆਂ ਨੇ। ਉਹ ਸਮਾਨ ਦੇ ਫਿਰ ਮੈਂ 6.5 ਮਹੀਨੇ ਆਪਣੇ ਝੁੱਗੀ ਬੰਨ ਕੇ ਮੈਂ ਆਪਣੇ ਰੋਡ 'ਤੇ ਗੁਜ਼ਾਰਾ ਕੀਤਾ, ਬੱਚੇ ਲੈ ਕੇ ਛੋਟੇ ਛੋਟੇ। ਉਸ ਤੋਂ ਬਾਅਦ ਇਹਨਾਂ ਨੇ DC ਸਾਹਿਬ ਨੇ ਚਲੋ ਮੈਨੂੰ ਫਿਰ ਇੱਥੇ ਦੁਬਾਰੇ ਬਿਠਾ ਦਿੱਤਾ, ਕਹਿੰਦੇ ਵੀ ਤੈਨੂੰ ਹਰੇਕ ਚੀਜ਼ ਦੀ ਸਹੂਲਤ ਮਿਲੂਗੀ, ਪਰ ਅੱਜ ਤੱਕ ਮੈਨੂੰ ਕੁਛ ਨਹੀਂ ਮਿਲਿਆ ਗਾ। ਅਤੇ ਭੈਣ ਜੀ, ਇੱਕ ਵਾਰ ਮਾਤਾ ਜੀ ਨੂੰ ਦਿਖਦਾ ਨਹੀਂ ਗਾ, ਕਿੰਨਾ ਕੁ ਟਾਈਮ ਹੋ ਗਿਆ ਅੱਖਾਂ ਦੀ ਰੋਸ਼ਨੀ ਨਹੀਂ ਹੈ? ਇਹ 3 ਸਾਲ ਦੇ ਸੀਗੇ, ਛੋਟੇ ਸੀਗੇ। ਛੋਟੇ ਹੁੰਦੇ ਸੀਗੇ ਜੀ, ਛੋਟੇ ਹੁੰਦਿਆਂ ਤੋਂ ਹੀ ਆ, ਇੱਦਾਂ ਹੀ ਸਾਡੇ ਪਿਤਾ ਜੀ ਇੱਦਾਂ ਹੀ ਲੈ ਕੇ ਆਏ ਸੀ ਇਹਨਾਂ ਨੂੰ ਵਿਆਹ ਕੇ। ਤਾਂ ਆਪਣੇ ਆਪ 'ਚ ਕਹਿ ਸਕਦੇ ਕਿ ਬਹੁਤ ਵੱਡੀ ਕੁਰਬਾਨੀ ਆ। ਜਦੋਂ ਆਪਾਂ ਰਿਸ਼ਤਾ ਵੀ ਕਰਦੇ ਹਾਂ ਤਾਂ ਪਹਿਲਾਂ ਦੇਖਿਆ ਜਾਂਦਾ ਹੈਗਾ ਕਿ ਕੁੜੀ ਦਾ ਪਰਿਵਾਰ ਸਹੀ ਹੈ, ਪਰ ਮਾਤਾ ਜੀ ਨੂੰ ਕਹਿੰਦੇ ਉਦੋਂ ਵੀ ਨਹੀਂ ਦਿਖਦਾ ਸੀਗਾ। ਹਾਂਜੀ, ਉਦੋਂ ਵੀ ਨਹੀਂ ਸੀ ਦਿਖਦਾ ਗਾ। ਤਾਂ ਇਸ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਸੁਤੰਤਰਤਾ ਸੰਗਰਾਮੀ ਜੋ ਆਪ ਤਾਂ ਜਿਉਂਦੇ ਸੀ, ਪਰ ਕਿਸੇ ਦੀ ਜ਼ਿੰਦਗੀ ਨੂੰ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਸਮਝਿਆ, ਕਿ ਉਹ ਅੱਜ ਉਹ ਤਸਵੀਰ ਤੁਹਾਡੇ ਸਾਹਮਣੇ ਆ। ਅਤੇ ਭੈਣ ਜੀ, ਤੁਸੀਂ ਜੋ ਪਾਣੀ ਕਿੱਥੋਂ ਲੈ ਕੇ ਆਉਂਦੇ ਹੋ? ਅਸੀਂ ਪਾਣੀ ਟੈਂਕਰ ਮੁੱਲ ਲਈਦਾ ਆ, ਹਰ 15 ਦਿਨੀ 1000 ਰੁਪਈਏ ਦਾ ਟੈਂਕਰ ਮੁੱਲ ਲੈਂਦੀ ਹਾਂ। 300 ਰੁਪਈਆ ਸਾਡੀ ਦਿਹਾੜੀ ਆ, ਕੀ ਅਸੀਂ ਕਮਾਈਏ ਤਾਂ ਕੀ ਅਸੀਂ ਖਾਈਏ? ਸਾਡੇ ਕੋਲ ਤਾਂ ਇੰਨਾ, ਅਸੀਂ ਪਰੇਸ਼ਾਨ ਹੋਏ ਪਏ ਹਾਂ ਬੇਹੱਦੋਂ ਜ਼ਿਆਦਾ। ਸੈਂਟਰ ਗੌਰਮੈਂਟ ਦੇ ਵੱਲੋਂ ਕੋਈ ਸਾਨੂੰ ਸਹੂਲਤ ਨਹੀਂ ਹੈਗੀ, ਸਰਕਾਰ ਵੱਲੋਂ ਕੁਛ ਵੀ ਨਹੀਂ ਮਿਲਿਆ ਸਾਨੂੰ ਤਾਂ। ਦੂਜੇ ਪਾਸੇ ਜੀ, ਆਪਣੇ ਨਵੇਂ ਜੋ ਵਿਧਾਇਕ ਬਣੇ ਆ, ਉਹਨਾਂ ਵੱਲੋਂ ਕੋਈ ਸ਼ਵਾਸ਼ਨ ਕਿ ਉਹਨਾਂ ਵੱਲੋਂ ਕੋਈ ਸਨਮਾਨਿਤ ਕੀਤਾ ਗਿਆ? ਉਹਨਾਂ ਨੇ ਵੀ ਮੰਮਾ ਨੂੰ ਸਨਮਾਨਿਤ ਕੀਤਾ ਸੀ, ਸਿਰਫ ਇੱਕ ਛਾਲ ਅਤੇ ਡੱਬਾ ਹੀ MLA ਸਾਹਿਬ ਨੇ। ਕਿੰਨਾ ਟਾਈਮ ਹੋ ਗਿਆ ਜੀ ਇਹਦੀ? 15 ਅਗਸਤ ਨੂੰ। 15 ਅਗਸਤ ਜਾਣੀ ਕਿ ਨਵੇਂ ਬਣੇ ਵਿਧਾਇਕ ਨੂੰ ਵੀ ਸਨਮਾਨਿਤ ਕਰਤਾ? ਜੀ ਸਰ ਜੀ। ਹੋਰ ਕੁਛ ਨਹੀਂ ਦਿੱਤਾ? ਨਹੀਂ ਕੁਛ ਨਹੀਂ ਦਿੱਤਾ ਉਹਨਾਂ ਨੇ, ਮੁੜ ਕੇ ਸਾਰਖਾ ਬਾਤ ਹੀ ਨਹੀਂ ਪੁੱਛੀ ਕਿਸੇ ਨੇ ਵੀ, ਜੇ ਜਾਣੇ ਵੀ ਆ ਤਾਂ ਕੋਈ ਸੁਣਦਾ ਨਹੀਂ ਸਾਡੀ। ਇੱਕ ਹੋਰ ਗੱਲ ਹੈ ਕਿ ਜਦੋਂ ਵੋਟਾਂ ਪਈਆਂ ਸੀ ਇੱਥੇ ਲੋਕ ਵੋਟਾਂ ਮੰਗਣਾ ਆਉਂਦੇ ਸੀ ਜੋ ਵੱਖ ਹੋ ਪਾਰਟੀਆਂ? ਹਾਂ, ਵੋਟਾਂ ਨੂੰ ਤਾਂ ਹਰੇਕ ਕੋਈ ਆਉਂਦਾ ਆ ਮੰਗਣ, ਵੋਟਾਂ ਤੋਂ ਬਾਅਦ ਕੋਈ ਨਹੀਂ ਮੈਂ ਕੋਲ ਮੁੜ ਕੇ ਕੋਈ ਵੜਦਾ ਹੀ ਨਹੀਂ ਪਰਿਵਾਰ ਦਾ। ਫਿਰ ਜੇ ਆਪਾਂ ਜੇਕਰ ਗੁਜ਼ਾਰੇ ਦੀ ਗੱਲ ਕਰੀਏ ਤਾਂ ਕਿੱਦਾਂ ਚੱਲਦਾ? ਮਾਤਾ ਨੂੰ ਦਿਖਦਾ ਨਹੀਂ, ਪਰਿਵਾਰ 'ਚ ਹੋਰ ਵੀ ਬੱਚੇ ਵੀ ਹੋਣਗੇ? ਬੱਚਾ ਮੇਰੇ, 2 ਗੁੱਡੀਆਂ ਆ, 2 ਕਾਕੇ ਆ ਮੇਰੇ, ਦਿਹਾੜੀ ਦਾ ਪਈ ਅਸੀਂ ਕਰਦੇ ਹਾਂ, ਆਪਣੇ ਲੇਬਰ ਨਾਲ ਜਾਂਦੇ ਹਾਂ, ਰਾਜਗਿਰੀ ਮਿਸਤਰੀਆਂ ਨਾਲ ਇਹਨਾਂ ਅਸੀਂ ਗੁਜ਼ਾਰਾ ਕਰਦੇ ਹਾਂ ਆਪਣਾ। ਇੱਕ ਭੈਣ, ਜਦੋਂ ਅਸੀਂ ਇੱਥੇ ਪਹੁੰਚੇ ਸੀ ਤਾਂ ਤੁਸੀਂ ਜ਼ਿਕਰ ਕੀਤਾ ਕਿ ਹੁਣ ਵੀ ਮੈਂ ਕਿਸੇ ਥਾਂ 'ਤੇ ਸੁਵਿਧਾ ਕੇਂਦਰ ਵਿੱਚ ਜਾ ਕੇ ਅਸੀਂ ਕੋਈ ਕੰਮ ਗਏ ਸੀ ਉਦੋਂ? ਹਾਂਜੀ, ਮੈਂ ਸੁਵਿਧਾ ਕੇਂਦਰ 'ਚ ਆਧਾਰ ਕਾਰਡ ਦਾ ਕਰਵਾਉਣ ਗਈ ਸੀਗੀ ਆਪਣੇ ਲਿੰਕ। ਅਤੇ ਕੀ ਉੱਥੇ ਹੋ ਗਿਆ? ਨਹੀਂ ਹਾਲੇ, ਉਹ ਕਹਿੰਦੇ ਟਾਈਮ ਲੱਗਣਾ ਆ, ਮੈਂ ਫਿਰ ਇੱਧਰ ਨੂੰ ਆ ਗਈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਪਰ ਕਿਸੇ ਪਾਸੇ ਕੋਈ ਵੀ ਨਹੀਂ ਸੁਣਦਾ ਗਾ, ਕੋਈ ਗੱਲ ਨਹੀਂ ਹੁੰਦੀ ਗੀ, ਕੋਈ ਕੁਛ ਨਹੀਂ ਹੁੰਦਾ, ਬਸ ਇੱਦਾਂ ਹੀ ਟਟਕਾ ਦਿੰਦੇ ਆ, ਕਹਿ ਦਿੰਦੇ ਆ ਕੋਈ ਨਹੀਂ ਅਸੀਂ ਕਰਾਂਗੇ ਸੁਣਾਂਗੇ, ਮੁੜ ਕੇ ਕੋਈ ਨਹੀਂ ਵੜਦਾ ਗਾ। ਪ੍ਰਸ਼ਾਸਨ ਦੇ ਵੱਲੋਂ ਆਪਣੇ ਨਵੇਂ ਵਿਧਾਇਕ ਜੋ ਬਣਿਆ, ਨਵੀਂ ਸਰਕਾਰ ਦੇ ਵੱਲੋਂ ਕੀ ਮੰਗ ਕਰਨੀ ਚਾਹੋਗੇ?
ਮੈਂ ਤਾਂ ਉਹਨਾਂ ਕੋਲੋਂ ਇਹੋ ਹੀ ਮੰਗਦੀ ਹਾਂ ਵੀ ਮੇਰੇ ਕੋਲ ਲਾਈਟ ਪਾਣੀ ਜ਼ਰੂਰੀ ਚਾਹੀਦਾ ਆ, ਮੈਨੂੰ ਕਿਤੇ ਆਪਣਾ ਮਾੜਾ ਮੋਟਾ ਘਰ ਦੇ ਦੇਣ, ਮੈਂ ਆਪਣੇ ਬੱਚੇ ਲੈ ਕੇ ਬਹਿ ਜਾਵਾਂ, ਮੇਰੇ ਵੀ ਸਿਰ 'ਤੇ ਕਿਹੜਾ ਕੋਈ ਹੈਗਾ ਆ, ਮੇਰੀ ਮਾਂ ਆ, ਅੱਖਾਂ ਤੋਂ ਅੰਨੀ ਜਾ, ਮੇਰੇ ਬੱਚੇ ਆ। ਬਿਲਕੁਲ ਜੀ, ਕਹਿੰਦੇ ਰਹਿਣ ਦੇ ਲਈ ਕਹਿੰਦੇ ਕੁੱਲੀ ਗੁੱਲੀ ਅਤੇ ਕਹਿੰਦੇ ਜੁੱਲੀ ਜ਼ਰੂਰੀ ਹੈ, ਪਰ ਇੱਥੇ ਨਾਲ ਤਾਂ ਰਹਿਣ ਦੇ ਲਈ ਕੁਛ ਹੈ, ਕਿਸੇ ਦਾ ਇਹ ਸਰਕਾਰੀ ਪ੍ਰਾਪਰਟੀ ਕਿਸੇ ਵੀ ਟਾਈਮ ਉਠਾ ਵੀ ਸਕਦੇ ਹੈ। ਔਰ ਦੂਜੀ ਵੱਡੀ ਇਹ ਤਸਵੀਰ ਸੀ ਕਿ ਸੁਤੰਤਰਤਾ ਸੰਗਰਾਮੀ ਸੀ ਜਿਹਨਾਂ ਦਾ ਨਾਮ ਸਾਡੇ ਲੀਡਰ ਵੋਟਾਂ ਦੇ ਵਿੱਚ ਵਰਤਦੇ ਆ, ਪਰ ਜ਼ਮੀਨੀ ਹਕੀਕਤ ਕੀ ਸੀ ਉਹ ਤੁਹਾਡੇ ਸਾਹਮਣੇ ਹੈ। ਤਾਂ ਇਹ ਇੱਕ ਉਹ ਪਰਿਵਾਰ ਸੀ ਜੋ ਸੁਭਾਸ਼ ਚੰਦਰ ਬੋਸ ਦੇ ਨਾਲ ਇਹ ਪਰਿਵਾਰ ਨੇ ਟਾਈਮ ਬਿਤਾਇਆ, ਔਰ ਵੱਡੇ ਵੱਡੇ ਸੁਤੰਤਰਤਾ ਸੰਗਰਾਮੀ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ, ਉਹਨਾਂ ਦੇ ਨਾਲ ਜ਼ਿੰਦਗੀ ਦੇ ਪਲ ਬਿਤਾਏ। ਪੁਰਾਣੀਆਂ ਸਰਕਾਰਾਂ ਵੀ ਸੀ, ਹੁਣ ਇੱਕ ਨਵੀਂ ਸਰਕਾਰ ਆ ਚੁੱਕੀ ਹੈ, ਇੱਕ ਬਦਲਾਵ ਦੇ ਵੱਡੇ 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 ਦਾਅਵੇ। ਔਰ ਦੂਜੀ ਗੱਲ ਸੀ ਕਿ ਭਗਤ ਸਿੰਘ ਦੇ ਨਾਲ ਦੀ ਪੱਗ ਵੀ ਬੰਨ ਲਈ ਸੀ ਕਿ ਅਸੀਂ ਇੱਕ ਨਵਾਂ ਬਦਲਾਵ ਲੈ ਕੇ ਆਵਾਂਗੇ, ਸਿਸਟਮ ਚੇਂਜ ਕਰਾਂਗੇ, ਅਸੀਂ ਭਗਤ ਸਿੰਘ ਦੀ ਸੋਚ 'ਤੇ ਚੱਲਾਂਗੇ। ਪਰ ਇਹ ਤਸਵੀਰ ਦੇਖ ਕੇ ਤੁਹਾਨੂੰ ਕੀ ਲੱਗਦਾ, ਬੇਸ਼ੱਕ ਅਜੇ ਸਰਕਾਰ ਬਣੀ ਨੂੰ 6 ਮਹੀਨੇ ਹੋਏ ਹੈ, ਪਰ ਜੋ ਬਿਲਕੁਲ ਨਜ਼ਦੀਕ ਬਹੁਤ ਸਾਰੇ ਵਿਧਾਇਕ ਹੈ ਜੋ ਨਵੀਂ ਸਰਕਾਰ ਬਣੀ ਦਾ ਹਿੱਸਾ ਵੀ ਹੈ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਬਾਰੇ ਕਿੰਨਾ ਕੁ ਸੋਚਦੇ ਆ, ਅਜਿਹੇ ਬਹੁਤ ਸਾਰੇ ਸਵਾਲ ਹੈ ਕਿ ਸਿਰਫ ਜੋ ਰੰਗ ਪੱਗਾਂ ਵਾਲਾ ਸੀ ਉਹੀ ਰਹੇਗਾ, ਪੱਗਾਂ ਚੇਂਜ ਹੋਈਆਂ ਕਿ ਲੋਕਾਂ ਦੀ ਕਿਸਮਤ ਵੀ ਬਦਲੇਗੀ। ਇਹ ਬਹੁਤ ਸਾਰੇ ਵੱਡੇ ਸਵਾਲ ਪ੍ਰਸ਼ਾਸਨ ਨੂੰ ਹੈ, ਬਹੁਤ ਵੱਡੀ ਕੁਰਬਾਨੀ ਇਸ ਪਰਿਵਾਰ ਦੀ ਹੈ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਕੋਈ ਬਾਂਹ ਫੜੇਗਾ ਕਿ ਜਾਂ ਨਹੀਂ ਫੜੇਗਾ, ਸਾਡੀ ਕਵਰੇਜ ਲਗਾਤਾਰ ਜਾਰੀ ਰਹੇਗੀ। ਜੇਕਰ ਇੱਥੇ ਕੋਈ ਨੇਤਾ ਆਉਂਦਾ ਤਾਂ ਅਸੀਂ ਉਹ ਵੀ ਦਿਖਾਵਾਂਗੇ, ਸਾਡੀ ਕਿਸੇ ਵੀ ਸਰਕਾਰ ਦੇ ਨਾਲ ਕੋਈ ਦੁਸ਼ਮਣ ਜਾਂ ਰੰਜਿਸ਼ ਨਹੀਂ ਹੈ। ਜੇਕਰ ਇਸ ਪਰਿਵਾਰ ਦਾ ਅਸੀਂ ਕੋਈ ਭਲਾ ਕਰਦੇ ਹੋ, ਅਸੀਂ ਦੀ ਬਾਂਹ ਫੜਦੇ ਹੋ, ਤਾਂ ਅਸੀਂ ਉਹ ਵੀ ਖਬਰ ਵੀ ਚਲਾਵਾਂਗੇ। ਕੈਮਰਾਮੈਨ ਮਨਜੀਤ ਹਰਦੀਪ, ਐਨ ਐਨ ਆਰ ਨਿਊਜ਼, ਸ਼ੰਕਰ ਸ਼੍ਰੀ।